ਬਾਜਵਾ ਸਾਹਿਬ, ਕਿਉਂਕਿ ਕੱਲ੍ਹ ਤੋਂ ਹੀ ਇਹ ਸਾਰੀ ਜਿਹੜੀ ਅਫਵਾਹ ਹੈ ਕਿ ਜਾਖੜ ਸਾਹਿਬ ਜਿਹੜੇ ਨਾਰਾਜ਼ ਚੱਲ ਰਹੇ ਨੇ, ਕਈ ਥਾਵਾਂ ਤੇ ਉਹ ਨਹੀਂ ਗਏ, ਕਿਹੜੇ ਕਾਰਜਕ੍ਰਮ ਹੋਏ ਸੀਗੇ ਉੱਥੇ ਵੀ ਨਹੀਂ ਪਹੁੰਚੇ, ਕਿੰਨੀ ਕੁ ਸੱਚਾਈ? ਪੋਲੀਟੀਕਲ ਆਪੋਜੀਸ਼ਨ ਪਾਰਟੀ ਦਾ ਕੀ ਕੰਮ ਹੁੰਦਾ? ਕੋਈ ਇਹੋ ਜਿਹਾ ਇਲੈਕਸ਼ਨ ਚੱਲ ਰਹੀ ਹੈ ਹਰਿਆਣੇ ਦੇ ਵਿੱਚ, ਇਲੈਕਸ਼ਨ ਚੱਲ ਰਹੀ ਹੈ ਜੰਮੂ ਕਸ਼ਮੀਰ 'ਚ, ਇਹੋ ਜਿਹਾ ਕੋਈ ਸ਼ਗੂਫਾ ਛੱਡੋ ਜਿਹਦੇ ਨਾਲ ਪਾਰਟੀ ਆਪਣੇ ਬਿਆਨ ਜਾਂ ਕੋਈ ਲੋਕਾਂ ਦੇ ਵਿੱਚ, ਪਾਰਟੀ ਕਾਡਰ ਵਿੱਚ ਇਸ ਚੀਜ਼ ਦੀ ਨਿਰਾਸ਼ਾ ਆ ਜਾਵੇ। ਹੁਣ ਕੋਈ ਵੀ ਪ੍ਰਧਾਨ ਹੈ ਜੇ ਆਲ ਆਫ ਏ ਸਡਨ ਵਿੱਚੋਂ ਛੱਡਦਾ ਤੇ ਕਾਡਰ ਤੇ ਫਰਕ ਤੇ ਪੈਂਦਾ ਹੀ ਹੈ ਨਾ, ਵੀ ਕੀ ਵਜ੍ਹਾ ਹੋ ਗਈ ਜੀ, ਕਿਉਂ ਸਾਡੇ ਪ੍ਰਧਾਨ ਜੀ ਛੱਡ ਕੇ ਗਏ ਨੇ। ਇਹ ਬਿਲਕੁਲ ਪਰਸੋਂ ਮੈਂ ਮਿਲਿਆ ਸੁਨੀਲ ਜਾਖੜ ਜੀ ਨੂੰ, ਸਾਡੀ ਮੀਟਿੰਗ ਹੋਈ ਹੈ, ਅਸੀਂ ਮੈਂਬਰਸ਼ਿਪ ਡਰਾਈਵ ਦੇ ਉੱਤੇ ਪੰਜਾਬ ਦੇ ਉੱਤੇ ਸਾਰੀ ਗੱਲਬਾਤ ਕਰ ਰਹੇ ਸੀ। ਮੈਂ ਉਹਨਾਂ ਨਾਲ, ਜਾਖੜ ਸਾਹਿਬ ਨਾਲ ਕੀਤੀ ਔਰ ਅਸੀਂ ਡਿਸਕਸ਼ਨ ਕੀਤੀ ਵੀ ਪੰਜਾਬ ਦੇ ਵਿੱਚ ਅਗਲਾ ਆਪਾਂ ਕਿਸ ਤਰੀਕੇ ਨਾਲ ਕੰਮ ਕਰਨਾ, ਕਿਉਂਕਿ ਉਹਨਾਂ ਦੀ ਪ੍ਰਾਈਮ ਮਿਨਿਸਟਰ ਸਾਹਿਬ ਨਾਲ 10 ਕੁ ਦਿਨ ਪਹਿਲੇ ਮੁਲਾਕਾਤ ਹੋਈ ਸੀ ਔਰ ਮੈਂ ਉਹਨਾਂ ਪੁੱਛਿਆ ਵੀ ਕੀ ਗੱਲਬਾਤ ਹੋਈ, ਪੰਜਾਬ ਦੀ ਕੀ ਗੱਲ ਹੋਈ ਹੈ, ਕਿਸਾਨਾਂ ਦੀ ਕੀ ਗੱਲ ਹੋਈ ਹੈ, ਆਪਾਂ ਇਸ ਇਸ਼ੂ ਨੂੰ ਐਡਰੈਸ ਕਿੱਦਾਂ ਕਰਨਾ ਸਾਰਾ। ਤੋ ਕੋਈ 1% ਵੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਵੀ ਉਹਨਾਂ ਨੇ ਕੋਈ ਅਸਤੀਫੇ ਦੇਣ ਦੀ ਜਾਂ ਉਹਨਾਂ ਦੇ ਮਨ 'ਚ ਕੋਈ ਨਾਰਾਜ਼ਗੀ। ਇਹ ਜ਼ਰੂਰ ਉਹਨਾਂ ਕਿਹਾ ਵੀ ਮੈਨੂੰ ਵਾਪਸ ਦਿੱਲੀ ਜਾਣਾ ਪੈਣਾ, ਉਹਨਾਂ ਦਾ ਘਰੇਲੂ ਕੋਈ ਮਸਲਾ, ਅਤੇ ਉਹ ਨੈਕਸਟ ਡੇ ਹੀ ਵੈਂਟ ਟੂ ਡੈਲੀ। ਇਹ ਦੱਸ ਕੇ ਗਏ ਨੇ ਪਾਰਟੀ ਲੀਡਰਸ਼ਿਪ ਨੂੰ, ਇੱਥੇ ਸੰਗਠਨ ਮੰਤਰੀ ਸ਼੍ਰੀ ਨਿਵਾਸਨ ਜੀ ਨੂੰ ਦੱਸ ਕੇ ਗਏ ਨੇ ਵੀ ਮੈਂ ਨਹੀਂ ਆਉਣਾ, ਤੇ ਉਹਦੇ ਵਿੱਚ ਅਸਤੀਫਾ ਕਿੱਥੋਂ ਆ ਗਿਆ? ਬਾਜਵਾ ਜੀ, ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਕਿ ਜੀ ਅਨਿਲ ਸਰੀਨ ਜੀ ਜਿਹੜੇ ਹੈਗੇ ਜਾਂ ਫਿਰ ਅਨਿਲ ਗੁਪਤਾ ਜੀ ਜਿਹੜੇ ਹੈਗੇ ਉਹਨਾਂ ਨੂੰ ਬਣਾਇਆ ਜਾ ਰਿਹਾ। ਇਹ ਸੋਸ਼ਲ ਮੀਡੀਆ ਦਾ ਬਾਜ਼ਾਰ ਬਹੁਤ ਗਰਮ ਹੈ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਕਿ ਹਾਲਾਂਕਿ ਇਹਦੇ 'ਚ ਸੱਚਾਈ ਨਹੀਂ ਹੈ, ਲੇਕਿਨ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਿਉਂ ਇਸ ਤਰ੍ਹਾਂ ਦੀ ਅਫਵਾਹਾਂ ਜਿਹੜੀਆਂ ਉਹ ਫੈਲਾਈ ਜਾ ਰਹੀ? ਲੇਕਿਨ ਦੂਜਾ ਕੁਐਸਚਨ ਇੱਕ ਹੋਰ ਹੈ ਕਿ ਜਾਖੜ ਸਾਹਿਬ ਪਿਛਲੇ ਦਿਨਾਂ ਕਈ ਮੀਟਿੰਗਸ ਹੋਈ ਉਹਦੇ 'ਚ ਨਦਾਰਦ ਰਹੇ, ਕਿਉਂ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰਥਾ ਹੈ, ਇਹਨਾਂ ਦੀ ਹਫ਼ਤੇ ਦੇ ਵਿੱਚ 3 ਮੀਟਿੰਗਾਂ ਘੱਟੋ ਘੱਟ ਹੁੰਦੀਆਂ ਨੇ, ਅਤੇ ਅਸੀਂ ਕਈ ਵਾਰ ਆਪਸ 'ਚ ਹੱਸਦੇ ਹਾਂ ਯਾਰ ਵੀ ਸਾਡਾ ਤਾਂ ਪੈਟਰੋਲ ਡੀਜ਼ਲ ਦਾ ਖਰਚਾ ਹੀ ਇੰਨਾ ਹੋ ਜਾਂਦਾ ਵੀ ਅਸੀਂ ਇਹ ਸਰਵਾਈਵ ਕਿੱਦਾਂ ਕਰਾਂਗੇ। ਪਰ ਪਾਰਟੀ ਦੀ ਇੱਕ, ਕਿਉਂਕਿ ਪਾਰਟੀ ਕਾਡਰ ਨੂੰ ਨਾਲ ਇਨਵੋਲਵ ਰੱਖਣਾ ਉਹ ਉਹਨਾਂ ਦੀ ਇੱਕ ਸੋਚ ਹੈ। ਔਰ ਜਿੱਥੋਂ ਤੱਕ ਇਹਨਾਂ ਦੀ ਵੀ ਆਏ ਨਹੀਂ ਮੀਟਿੰਗ 'ਚ, ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਖੁਦ ਕਹਿ ਰਿਹਾ, ਸਾਰਿਆਂ ਨਾਲੋਂ ਵੱਡੀ ਜਿਹੜੀ ਸਾਡੀ ਮੀਟਿੰਗ ਸੀ ਲੁਧਿਆਣਾ 'ਚ ਹੋਈ, ਉਸ ਮੀਟਿੰਗ ਤੋਂ ਬਾਅਦ 3 ਮੀਟਿੰਗਸ ਉਹਨਾਂ ਨੇ ਅਟੈਂਡ ਕੀਤੀਆਂ, ਫਿਰ ਉਹ ਸਵਿਟਜ਼ਰਲੈਂਡ ਚਲੇ ਗਏ, ਉਹਨਾਂ ਦੀ ਆਪਣਾ ਘਰੇਲੂ ਕੰਮ ਸੀ, ਉਹਨਾਂ ਦੀ ਵਾਈਫ ਕੋਈ ਠੀਕ ਨਹੀਂ ਸੀ, ਉੱਥੋਂ ਵਾਪਸ ਆਏ ਨੇ। ਅਤੇ ਆਹ ਪਹਿਲੀ ਕਿ ਦੂਜੀ ਮੀਟਿੰਗ ਆ ਹੋਈ ਹੈ ਜਿਹਦੇ ਵਿੱਚ 10 ਦਿਨ ਪਹਿਲੇ ਮੀਟਿੰਗ 'ਚ ਆਏ ਨੇ, ਇਹ ਦੂਜੀ ਮੀਟਿੰਗ ਸੀ ਜਿਹਦੇ ਵਿੱਚ ਕੋਈ ਬੰਦਾ ਨਹੀਂ ਵੀ ਆ ਸਕਦਾ। ਹੁਣ ਸਾਨੂੰ ਵੀ ਬੁਲਾਉਂਦਾ ਸੀ, ਬਾਈ ਚਾਂਸ ਨਾ ਹੋਈਏ ਕੋਈ ਇਹ ਕਿ ਆਫਾ ਥੋੜ੍ਹਾ ਲਾ ਲੇਗਾ ਜੀ, ਅਸੀਂ ਪਾਰਟੀ ਕੋ ਅਸੀਂ ਡਰੋਪ ਕਰਤਾ ਜੀ, ਅਸੀਂ ਨਾਰਾਜ਼ ਹਾਂ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਡੇ ਕਹਿਣ ਦਾ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਬਿਲਕੁਲ ਨਹੀਂ? ਬਿਲਕੁਲ ਨਹੀਂ ਹੈਗੀ, ਹੁੰਦੀ ਤਾਂ ਮੈਂ ਤੁਹਾਨੂੰ ਜ਼ਰੂਰ ਦੱਸ। ਠੀਕ ਹੈ ਬਾਜਵਾ ਸਾਹਿਬ, ਕਿਉਂਕਿ ਕੱਲ੍ਹ ਤੋਂ ਹੀ ਇਹ ਸਾਰੀ ਜਿਹੜੀ ਅਫਵਾਹਾਂ ਹੈ ਕਿ ਜਾਖੜ ਸਾਹਿਬ ਜਿਹੜੇ ਨਾਰਾਜ਼ ਚੱਲ ਰਹੇ ਨੇ, ਕਈ ਥਾਵਾਂ ਤੇ ਉਹ ਨਹੀਂ ਗਏ, ਕਿਹੜੇ ਕਾਰਜਕ੍ਰਮ ਹੋਏ ਸੀਗੇ ਉੱਥੇ ਵੀ ਨਹੀਂ ਪਹੁੰਚੇ, ਕਿੰਨੀ ਕੁ ਸੱਚਾਈ? ਪੋਲੀਟੀਕਲ ਆਪੋਜੀਸ਼ਨ ਪਾਰਟੀ ਦਾ ਕੀ ਕੰਮ ਹੁੰਦਾ? ਕੋਈ ਇਹੋ ਜਿਹਾ ਇਲੈਕਸ਼ਨ ਚੱਲ ਰਹੀ ਹੈ ਹਰਿਆਣੇ ਦੇ ਵਿੱਚ, ਇਲੈਕਸ਼ਨ ਚੱਲ ਰਹੀ ਹੈ ਜੰਮੂ ਕਸ਼ਮੀਰ 'ਚ, ਇਹੋ ਜਿਹਾ ਕੋਈ ਸ਼ਗੂਫਾ ਛੱਡੋ ਜਿਹਦੇ ਨਾਲ ਪਾਰਟੀ ਆਪਣੇ ਬਿਆਨ ਜਾਂ ਕੋਈ ਲੋਕਾਂ ਦੇ ਵਿੱਚ, ਪਾਰਟੀ ਕਾਡਰ ਵਿੱਚ ਇਸ ਚੀਜ਼ ਦੀ ਨਿਰਾਸ਼ਾ ਆ ਜਾਵੇ। ਹੁਣ ਕੋਈ ਵੀ ਪ੍ਰਧਾਨ ਹੈ ਜੇ ਆਲ ਆਫ ਏ ਸਡਨ ਵਿੱਚੋਂ ਛੱਡਦਾ ਤੇ ਕਾਡਰ ਤੇ ਫਰਕ ਤੇ ਪੈਂਦਾ ਹੀ ਹੈ ਨਾ, ਵੀ ਕੀ ਵਜ੍ਹਾ ਹੋ ਗਈ ਜੀ, ਕਿਉਂ ਸਾਡੇ ਪ੍ਰਧਾਨ ਜੀ ਛੱਡ ਕੇ ਗਏ ਨੇ। ਇਹ ਬਿਲਕੁਲ ਪਰਸੋਂ ਮੈਂ ਮਿਲਿਆ ਸੁਨੀਲ ਜਾਖੜ ਜੀ ਨੂੰ, ਸਾਡੀ ਮੀਟਿੰਗ ਹੋਈ ਹੈ, ਅਸੀਂ ਮੈਂਬਰਸ਼ਿਪ ਡਰਾਈਵ ਦੇ ਉੱਤੇ ਪੰਜਾਬ ਦੇ ਉੱਤੇ ਸਾਰੀ ਗੱਲਬਾਤ ਕਰ ਰਹੇ ਸੀ। ਮੈਂ ਉਹਨਾਂ ਨਾਲ, ਜਾਖੜ ਸਾਹਿਬ ਨਾਲ ਕੀਤੀ ਔਰ ਅਸੀਂ ਡਿਸਕਸ਼ਨ ਕੀਤੀ ਵੀ ਪੰਜਾਬ ਦੇ ਵਿੱਚ ਅਗਲਾ ਆਪਾਂ ਕਿਸ ਤਰੀਕੇ ਨਾਲ ਕੰਮ ਕਰਨਾ, ਕਿਉਂਕਿ ਉਹਨਾਂ ਦੀ ਪ੍ਰਾਈਮ ਮਿਨਿਸਟਰ ਸਾਹਿਬ ਨਾਲ 10 ਕੁ ਦਿਨ ਪਹਿਲੇ ਮੁਲਾਕਾਤ ਹੋਈ ਸੀ ਔਰ ਮੈਂ ਉਹਨਾਂ ਪੁੱਛਿਆ ਵੀ ਕੀ ਗੱਲਬਾਤ ਹੋਈ, ਪੰਜਾਬ ਦੀ ਕੀ ਗੱਲ ਹੋਈ ਹੈ, ਕਿਸਾਨਾਂ ਦੀ ਕੀ ਗੱਲ ਹੋਈ ਹੈ,
ਆਪਾਂ ਇਸ ਇਸ਼ੂ ਨੂੰ ਐਡਰੈਸ ਕਿੱਦਾਂ ਕਰਨਾ ਸਾਰਾ। ਤੋ ਕੋਈ 1% ਵੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਵੀ ਉਹਨਾਂ ਨੇ ਕੋਈ ਅਸਤੀਫੇ ਦੇਣ ਦੀ ਜਾਂ ਉਹਨਾਂ ਦੇ ਮਨ 'ਚ ਕੋਈ ਨਾਰਾਜ਼ਗੀ। ਇਹ ਜ਼ਰੂਰ ਉਹਨਾਂ ਕਿਹਾ ਵੀ ਮੈਨੂੰ ਵਾਪਸ ਦਿੱਲੀ ਜਾਣਾ ਪੈਣਾ, ਉਹਨਾਂ ਦਾ ਘਰੇਲੂ ਕੋਈ ਮਸਲਾ ਹੈ। ਤੇ ਉਹ ਨੈਕਸਟ ਡੇ ਹੀ ਵੈਂਟ ਟੂ ਦਿੱਲੀ। ਇਹ ਦੱਸ ਕੇ ਗਏ ਨੇ ਪਾਰਟੀ ਲੀਡਰਸ਼ਿਪ ਨੂੰ, ਇੱਥੇ ਸੰਗਠਨ ਮੰਤਰੀ ਸ਼੍ਰੀ ਨਿਵਾਸਨ ਜੀ ਨੂੰ ਦੱਸ ਕੇ ਗਏ ਨੇ ਵੀ ਮੈਂ ਨਹੀਂ ਆਉਣਾ, ਤੇ ਉਹਦੇ ਵਿੱਚ ਅਸਤੀਫਾ ਕਿੱਥੋਂ ਆ ਗਿਆ? ਬਾਜਵਾ ਜੀ, ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਕਿ ਜੀ ਅਨਿਲ ਸਰੀਨ ਜੀ ਜਿਹੜੇ ਹੈਗੇ ਜਾਂ ਫਿਰ ਅਨਿਲ ਗੁਪਤਾ ਜੀ ਜਿਹੜੇ ਹੈਗੇ ਉਹਨਾਂ ਨੂੰ ਬਣਾਇਆ ਜਾ ਰਿਹਾ। ਇੱਕ ਸੋਸ਼ਲ ਮੀਡੀਆ ਦਾ ਬਾਜ਼ਾਰ ਬਹੁਤ ਗਰਮ ਹੈ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਕਿ ਹਾਲਾਂਕਿ ਇਹਦੇ 'ਚ ਸੱਚਾਈ ਨਹੀਂ ਹੈ, ਲੇਕਿਨ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਿਉਂ ਇਸ ਤਰ੍ਹਾਂ ਦੀ ਅਫਵਾਹਾਂ ਜਿਹੜੀਆਂ ਉਹ ਫੈਲਾਈ ਜਾ ਰਹੀ? ਲੇਕਿਨ ਦੂਜਾ ਕੁਸ਼ਚਨ ਇੱਕ ਹੋਰ ਹੈ ਕਿ ਜਾਖੜ ਸਾਹਿਬ ਪਿਛਲੇ ਦਿਨਾਂ ਕਈ ਮੀਟਿੰਗਸ ਹੋਈ ਉਹਦੇ 'ਚ ਨਦਾਰਦ ਰਹੇ, ਕਿਉਂ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰਥਾ ਹੈ, ਇਹਨਾਂ ਦੀ ਹਫ਼ਤੇ ਦੇ ਵਿੱਚ 3 ਮੀਟਿੰਗਾਂ ਘੱਟੋ ਘੱਟ ਹੁੰਦੀਆਂ ਨੇ। ਅਤੇ ਅਸੀਂ ਕਈ ਵਾਰ ਆਪਸ 'ਚ ਹੱਸਦੇ ਹਾਂ ਯਾਰ ਵੀ ਸਾਡਾ ਤਾਂ ਪੈਟਰੋਲ ਡੀਜ਼ਲ ਦਾ ਖਰਚਾ ਹੀ ਇੰਨਾ ਹੋ ਜਾਂਦਾ ਹੈ ਵੀ ਅਸੀਂ ਇਹ ਸਰਵਾਈਵ ਕਿੱਦਾਂ ਕਰਾਂਗੇ। ਪਰ ਪਾਰਟੀ ਦੀ ਇੱਕ, ਕਿਉਂਕਿ ਪਾਰਟੀ ਕਾਡਰ ਨੂੰ ਨਾਲ ਇਨਵੋਲਵ ਰੱਖਣਾ ਉਹ ਉਹਨਾਂ ਦੀ ਇੱਕ ਸੋਚ ਹੈ। ਔਰ ਜਿੱਥੋਂ ਤੱਕ ਇਹਨਾਂ ਦੀ ਵੀ ਆਏ ਨਹੀਂ ਮੀਟਿੰਗ 'ਚ, ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਖੁਦ ਕਹਿ ਰਿਹਾ, ਸਾਰਿਆਂ ਨਾਲੋਂ ਵੱਡੀ ਜਿਹੜੀ ਸਾਡੀ ਮੀਟਿੰਗ ਸੀ ਲੁਧਿਆਣਾ 'ਚ ਹੋਈ, ਉਸ ਮੀਟਿੰਗ ਤੋਂ ਬਾਅਦ 3 ਮੀਟਿੰਗਸ ਉਹਨਾਂ ਨੇ ਅਟੈਂਡ ਕੀਤੀਆਂ। ਫਿਰ ਉਹ ਸਵਿਟਜ਼ਰਲੈਂਡ ਚਲੇ ਗਏ, ਉਹਨਾਂ ਦੀ ਆਪਣਾ ਘਰੇਲੂ ਕੰਮ ਸੀ, ਉਹਨਾਂ ਦੀ ਵਾਈਫ ਕੋਈ ਠੀਕ ਨਹੀਂ ਸੀਗੇ। ਉੱਥੋਂ ਵਾਪਸ ਆਏ ਨੇ ਅਤੇ ਆਹ ਪਹਿਲੀ ਕਿ ਦੂਜੀ ਮੀਟਿੰਗ ਆ ਹੋਈ ਹੈ ਜਿਹਦੇ ਵਿੱਚ 10 ਦਿਨ ਪਹਿਲੇ ਉਹ ਮੀਟਿੰਗ 'ਚ ਆਏ ਨੇ। ਇਹ ਦੂਜੀ ਮੀਟਿੰਗ ਸੀ ਜਿਹਦੇ ਵਿੱਚ ਕੋਈ ਬੰਦਾ ਨਹੀਂ ਵੀ ਆ ਸਕਦਾ। ਹੁਣ ਸਾਨੂੰ ਵੀ ਬੁਲਾਉਂਦਾ ਸੀ ਬਾਈ ਚਾਂਸ ਨਾ ਹੋਈਏ ਕੋਈ, ਇਹ ਕਿਆਫਾ ਥੋੜ੍ਹਾ ਲਾ ਲੇਗਾ ਜੀ, ਅਸੀਂ ਪਾਰਟੀ ਕੋ ਅਸੀਂ ਡਰੋਪ ਕਰਤਾ ਜੀ, ਅਸੀਂ ਨਾਰਾਜ਼ ਹਾਂ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਡੇ ਕਹਿਣ ਦਾ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਬਿਲਕੁਲ ਨਹੀਂ? ਨਹੀਂ ਬਿਲਕੁਲ ਨਹੀਂ ਹੈਗੀ। ਹੁੰਦੀ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਦਾ। ਠੀਕ ਹੈ।